ਬ੍ਰੈਂਪਟਨ ਦੇ ਵਿੱਚ ਵੀ ਕੋਵਿਡ ਮਾਮਲੇ ਫਿਰ ਤੋਂ ਪੈਰ ਪਸਾਰ ਰਹੇ ਨੇ। ਇਹ ਗਿਣਤੀ ਕਿਉਂ ਵਧ ਰਹੀ ਹੈ, ਇਸ ਬਾਰੇ ਸੋਸ਼ਲ ਡਿਸਟੈਂਸਿੰਗ ਨਾ ਰੱਖਣਾ ਹੀ ਕਾਰਨ ਮੰਨਿਆ ਜਾ ਰਿਹਾ ਹੈ। ਇਸ ਨੂੰ ਕੰਟਰੋਲ ਕਰਨ ਦੇ ਲਈ ਹੁਣ ਬ੍ਰੈਂਪਟਨ ਤੇ ਬਾਕੀ ਦੇ ਸੂਬਿਆਂ ਦੇ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਨੇ ਇਹ ਵੀ ਜਾਣਾਂਗੇ। ਨਾਲ ਹੀ ਜਸਵੰਤ ਸਿੰਘ ਖਾਲੜਾ ਡੇ ਦਾ ਐਲਾਨ ਹੋਣਾ ਕਮਿਊਨਿਟੀ ਦੇ ਲਈ ਕਿਸ ਤਰ੍ਹਾਂ ਦਾ ਫੈਸਲਾ ਹੈ, ਇਹ ਜਾਣਦੇ ਹਾਂ ਸਿਟੀ ਕੌਂਸਲਰ ਹਰਕਿਰਤ ਸਿੰਘ ਤੋਂ। ਹਰਕਿਰਤ ਜੀ, ਬ੍ਰੈਂਪਟਨ ਦੇ ਵਿੱਚ ਇਸ ਵੇਲੇ ਕੋਵਿਡ ਦੇ ਹਾਲਾਤ ਕੀ ਨੇ? थोड़ी नेगेटिव न्यूज आ पिछले की इतनी पहला 148 केसेस रजिस्टर हुए आ प्रोविंस ऑफ ओंटारियो दे विच जिस विच 72 केसेस जेड़े आ ओहो पीएल रीजन दे विच हुए। सो काफी अपा फ्रॉम सिटी ऑफ ब्रैम्पटन कंसर्न्ड आ। अज मेयर ने भी ट्विटर ते भेजा या वार्निंग दिती आ के जो सी हाउस पार्टी कर रहे हैं जिस विच ओवर 50 पीपल इनडोर आ जा 100 पीपल आउटडोर आ तनु $1,00,000 दी टिकट मिल सकती है। सो अपा काफी रल मिल के पीओ रीजन दे विच बढ़िया रिजल्ट्स ला के आए सके पर हुण देखते हैं कई दिन पहला खास करके ओवर 100 केसेस रजिस्टर हो रहे हैं साडे प्रोविंस दे विच जिस विच बहुत वड्डा हिस्सा पीओ रीजन दे विच आ। सो अपा होर सख्ती करोंगे साडे बायलॉज ते। अज ही मेरी हुणी गल होई आ साडे डायरेक्टर पॉल मोरिसन ਦੇ ਨਾਲ ਬਾਇਲਾ ਜਿਹੜੇ ਡਾਇਰੈਕਟਰ ਆ ਤੇ ਉਹ ਵੀ ਇਨਫੋਰਸਮੈਂਟ ਦੀ ਸਖਤੀ ਕਰੋਗੇ ਸਪੈਸ਼ਲੀ ਓਵਰ ਦ ਲੌਂਗ ਵੀਕਐਂਡ ਜੀ। ਇਸ ਤੋਂ ਇਲਾਵਾ ਸੂਰਜਦੀਪ ਸਿੰਘ ਮਾਮਲੇ ਦੀ ਗੱਲ ਕਰ ਲੈਂਦੇ ਹਾਂ, ਉਸ ਕਤਲ ਮਾਮਲੇ ਦੇ ਵਿੱਚ ਇਸ ਵੇਲੇ ਕੀ ਅਪਡੇਟ ਆ ਰਿਹਾ ਹੈ, ਜਾਂਚ ਕਿੱਥੋਂ ਤੱਕ ਪਹੁੰਚੀ ਹੈ, ਕੀ ਕਾਰਵਾਈ ਚੱਲ ਰਹੀ ਹੈ? ਸੋ ਆਬਵੀਅਸਲੀ ਜਿਹੜੀ ਇਹ ਸਟੋਰੀ ਆ ਸੂਰਜਦੀਪ ਸਿੰਘ ਦੀ ਕਾਫੀ ਦੁੱਖ ਲੱਗਿਆ ਖਾਸ ਕਰਕੇ ਪੰਜਾਬੀ ਕਮਿਊਨਿਟੀ ਨੂੰ ਅਕਰਾਸ ਕੈਨੇਡਾ ਈਵਨ ਪੰਜਾਬ ਦੇ ਵਿੱਚ ਕਾਫੀ ਖਬਰ ਉਹਦੀ ਕਵਰ ਹੋਈ ਸੀਗੀ। ਅਫਸੋਸ ਵਾਲੀ ਗੱਲ ਆ ਕਿ ਇਹ ਹੋਇਆ ਵੀ ਆ ਜੋ ਹੋਇਆ ਬਟ ਆਪਾਂ ਮੰਗ ਕੀਤੀ ਆ ਸਾਡੇ ਅਟਰਨੀ ਜਨਰਲ ਤੋਂ ਕਿ ਜਿਹੜੇ ਇਹਦੇ ਕ੍ਰਿਮੀਨਲਸ ਆ ਜਿਨ੍ਹਾਂ ਇਹ ਕਤਲ ਕੀਤਾ ਕਿ ਉਹ ਈਵਨ ਦੋ ਉਹ 16 ਸਾਲਾਂ ਦੇ ਸੀਗੇ ਦੋ ਨੌਜਵਾਨ ਕਿ ਉਹ ਟਰਾਈ ਕੀਤੇ ਜਾਣ ਐਸ ਐਡਲਟਸ ਉਹਦੇ ਵਿੱਚ ਫਿਰ ਜਿਹੜੀ ਸਖਤੀ ਸਜ਼ਾ ਆ ਉਹ ਮਿਲੂਗੀ ਜਿਸ ਵਿੱਚ ਮੈਨੂੰ ਲੱਗਦਾ ਉਹਦਾ ਪਰਿਵਾਰ ਉਹਦੇ ਦੋਸਤ ਮਿੱਤਰ ਇਸ ਇਨਸਾਫ ਨੂੰ ਡਿਜ਼ਰਵ ਕਰਦੇ ਆ। ਸੋ ਆਪਾਂ ਚਿੱਠੀ ਭੇਜੀ ਸੀਗੀ ਅਟਰਨੀ ਜਨਰਲ ਨੂੰ, ਆਪਾਂ ਉਹਨਾਂ ਦੇ ਫੈਮਿਲੀ ਦੇ ਵਿੱਚੋਂ ਵੀ ਮੈਂਬਰ ਪਹੁੰਚੇ ਸੀਗੇ ਸਾਡੇ ਸਿਟੀ ਹਾਲ ਦੇ ਵਿੱਚ ਸਾਡੇ ਪ੍ਰੈਸ ਕਾਨਫਰੰਸ ਦੇ ਵਿੱਚ ਐਂਡ ਆਪਾਂ ਸੋਸ਼ਲ ਮੀਡੀਆ ਰਾਹੀਂ ਇਹ ਪਬਲਿਕ ਜਿਹੜੀ ਮੰਗ ਆ ਇਹ ਮੂਹਰੇ ਕੀਤੀ ਆ ਸਾਡੇ ਅਟਰਨੀ ਜਨਰਲ ਦੇ ਵਿੱਚ ਕਿ ਜਿਹੜੇ ਇਹ ਦੋ ਕ੍ਰਿਮੀਨਲਸ ਆ ਕਿ ਇਹ ਟ੍ਰੀਟਡ ਐਸ ਐਡਲਟਸ ਹੋਣ ਜੀ। ਇਸ ਤੋਂ ਇਲਾਵਾ ਜਸਵੰਤ ਖਾਲੜਾ ਡੇ ਦੀ ਗੱਲ ਕਰ ਲੈਂਦੇ ਹਾਂ, ਐਲਾਨਿਆ ਗਿਆ ਇਹ ਦਿਨ, ਇਸ ਨੂੰ ਲੈ ਕੇ ਕਮਿਊਨਿਟੀ ਦੇ ਵਿੱਚ ਕਿਸ ਤਰੀਕੇ ਦੇ ਰਿਐਕਸ਼ਨਸ ਕਮਿਊਨਿਟੀ ਦੇ ਸਾਹਮਣੇ ਆ ਰਹੇ ਨੇ? Yeah, so ਆਪਾਂ ਦੇਖਿਆ ਸੀਗਾ ਨਿਊ ਵੈਸਟ ਮਿਨਿਸਟਰ ਬਰਨਬੀ ਫਿਰ ਅੰਟੈਰੀਓ ਦੇ ਵਿੱਚ ਬ੍ਰੈਂਪਟਨ ਪਹਿਲਾ ਸ਼ਹਿਰ ਆ ਜਿਹੜਾ 7 ਸਤੰਬਰ ਨੂੰ ਐਸ ਜਸਵੰਤ ਸਿੰਘ ਖਲਰਾ ਡੇ ਰੈਕਗਨਾਈਜ਼ ਕੀਤਾ ਐਂਡ ਸਿਟੀ ਰਜਾਇਨਾ ਉਹ ਜਿਹੜੇ 4 ਸ਼ਹਿਰ ਅਕਰਾਸ ਕੈਨੇਡਾ ਜਿੱਥੇ ਤੱਕ ਸਾਨੂੰ ਪਤਾ ਆ ਕਿ ਉਹਨੇ ਰੈਕਗਨਾਈਜ਼ ਕੀਤਾ ਜਸਵੰਤ ਸਿੰਘ ਖਲਰਾ ਡੇ ਨੂੰ। ਨਾਲ ਦੀ ਨਾਲ ਸਾਡੇ ਕਲਾਕ ਟਾਵਰਸ ਦੇ ਵੀ ਲਾਈਟ ਹੋਣੇ ਆ ਫੋਰ ਜਸਵੰਤ ਸਿੰਘ ਖਲਰਾ। ਜਿਹੜੇ ਜਸਵੰਤ ਸਿੰਘ ਖਲਰਾ ਸੀਗੇ ਦੇਰਜ਼ ਨੋ ਸਾਰਿਆਂ ਨੂੰ ਪਤਾ ਆ ਕਿ ਉਹ ਉਹਨੇ ਮਨੁੱਖੀ ਅਧਿਕਾਰਾਂ ਵਾਸਤੇ ਬਹੁਤ ਵੱਡੀ ਲੜਾਈ ਕੀਤੀ ਸੀਗੀ ਐਂਡ ਜਿਹਨੇ ਅਲਟੀਮੇਟਲੀ ਉਹਨਾਂ ਨੂੰ ਆਪਣੀ ਜਾਨ ਵੀ ਦਿੱਤੀ ਆ। ਸੋ ਮੇਰੇ ਹਿਸਾਬ ਨਾਲ ਉਹ ਇੱਕ ਇੰਸਪੀਰੇਸ਼ਨ ਆ ਸਾਡੇ ਨਵੀਂ ਪੀੜ੍ਹੀ ਵਾਸਤੇ ਸਾਡੇ ਹੋਲ ਕੈਨੇਡੀਅਨਸ ਵਾਸਤੇ ਕਿ ਉਹ ਨਾਲੇ ਕਿ ਇੱਥੇ ਪਿਓਰ ਰੀਜਨ ਤੋਂ ਬੋਲ ਕੇ ਗਏ ਸੀ ਕਿ ਬਿਫੋਰ ਉਹ ਉਹਨੇ ਪੰਜਾਬ ਨੂੰ ਰਿਟਰਨ ਕੀਤਾ ਜਿੱਥੇ ਉਹਨਾਂ ਦਾ ਫਿਰ ਕਤਲ ਹੋ ਗਿਆ ਸੀਗਾ ਐਂਡ ਸੋ ਆਪਾਂ ਹਮੇਸ਼ਾ ਬ੍ਰੈਂਪਟਨ ਦੇ ਵਿੱਚ ਮਿਸਿਸਾਗਾ ਦੇ ਵਿੱਚ ਜਸਵੰਤ ਸਿੰਘ ਖਾਲੜਾ ਨੂੰ ਸਪੈਸ਼ਲ ਰਿਗਾਰਡ ਦੇ ਵਿੱਚ ਹੋਲਡ ਕਰਦੇ ਹਾਂ ਕਿ ਉਹ ਇੰਨਾ ਆਸ ਰੱਖਦੇ ਸੀਗੇ ਸਾਡੇ ਕੈਨੇਡੀਅਨ ਸਿਸਟਮ ਦੇ ਵਿੱਚ ਉਹ ਆਸ ਰੱਖਦੇ ਸੀਗੇ ਕਿ ਇੱਥੇ ਜੇ ਆਵਾਜ਼ ਉਠਾਓਗੇ ਕੋਈ ਨਾ ਕੋਈ ਸੁਣੇਗਾ, ਕੋਈ ਨਾ ਕੋਈ ਐਕਸ਼ਨ ਲਊਗਾ। ਸੋ ਇਸੇ ਤਰ੍ਹਾਂ
करके साडा फेथ आ इधर दे सिस्टम दे विच आपां उहनां दा दिन भी मनाना चाहुंदे आ कि ओह मनुखी अधिकारां वास्ते होर भी जिहड़े कम्यूनिटीज आ उहनां वास्ते इनी आवाज उठाई सीगी ते जिहड़ी इंसाफ आ ओह मंगी सीगी। जी बिल्कुल, बहुत बहुत शुक्रिया हरकीरत जी ब्रामटन का अपडेट देने के लिए। थैंक यू जी, सत श्री अकाल। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।